ਤਰਨ ਤਾਰਨ ਦੇ ਪਿੰਡ ਗਿੱਲ ਵੜੈਣ 'ਚ ਨਾਬਾਲਿਗ ਲੜਕੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪੀੜਤਾਂ ਨੇ ਆਰੋਪੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਗਿੱਲ ਵੜੈਣ 'ਚ ਦੀ 16 ਸਾਲ ਨਾਬਾਲਿਗ ਲੜਕੀ, ਜਿਸ ਨੇ ਦੱਸਿਆ ਕਿ ਪਿੰਡ ਗਿੱਲ ਦਾ ਨੌਜਵਾਨ ਜੋ ਉਹਨਾਂ ਦਾ ਗਵਾਂਢੀ ਹੈ, ਘਰ ਵਿੱਚ ਇਕੱਲੀ ਦੇਖ ਕੇ ਕੰਧ ਟੱਪ ਕੇ ਆ ਗਿਆ ਅਤੇ ਮੇਰੇ ਨਾਲ ਕਿਸ ਕੀਤੀ ਅਤੇ ਸਰੀਰ ਨਾਲ ਛੇੜਛਾੜ ਕੀਤੀ ਹੈ। ਹਰਪ੍ਰੀਤ ਕੌਰ ਸਰ, ਕੀ ਗੱਲਬਾਤ ਹੋਈ ਤੇ ਕੌਣ ਸੀ, ਕਿੰਨੇ ਕੀਤਾ? ਸਰ, ਉਸ ਟਾਈਮ ਮੈਂ ਇਕੱਲੀ ਘਰ ਸੀਗੀ, ਮੇਰਾ ਬ੍ਰਦਰ ਛੋਟਾ ਹੈ ਮੇਰੇ ਤੋਂ, ਉਹ ਖੇਲਣ ਲਈ ਗਿਆ ਹੋਇਆ ਸੀਗਾ। 10 ਵਜੇ ਦਾ ਟਾਈਮ ਆ ਤਾਂ ਮੇਰੇ ਪਾਪਾ ਆਟੋ ਲੈ ਕੇ ਜਾਂਦੇ ਨੇ, ਉਹ ਆਟੋ ਲੈ ਕੇ ਚਲੇ ਗਏ ਸੀਗੇ। ਤਾਂ ਇਹ ਮੇਰੇ, ਮੈਂ ਰੋਟੀ ਖਾਂਦੀ ਪਈ ਸੀਗੀ ਅੰਦਰ, ਤਾਂ ਇਹ ਕੁੰਡਾ ਖੋਲ੍ਹ ਕੇ ਖੁਦ ਆਏ ਸੀਗੇ, ਕੈਪਟਨ ਸਿੰਘ। ਤਾਂ ਇਹ ਕੁੰਡਾ ਖੋਲ੍ਹ ਕੇ ਆਏ ਆ, ਇਹਨਾਂ ਨੇ ਮੇਰੇ ਆ ਕੇ ਜ਼ਬਰਦਸਤੀ ਕਿਸ ਕੀਤੀ ਆ, ਤਾਂ ਮੇਰੀ ਬ੍ਰੈਸਟ ਤੱਕ ਪਹੁੰਚ ਗਏ ਸੀਗੇ। ਸਰ, ਮੈਂ ਰੌਲਾ ਪਾਇਆ ਔਰ ਭੱਜ ਗਏ ਸੀਗੇ। ਸਰ, ਮੈਂ ਚਾਹੁੰਦੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ। ਇਹਨਾਂ ਨੇ ਜੋ ਮੇਰੇ ਨਾਲ ਇਹੋ ਜਿਹੀ ਹਰਕਤ ਕੀਤੀ ਹੈ, ਕੱਲ੍ਹ ਨੂੰ ਫੇਰ ਕਰਨਗੇ, ਇਸ ਲਈ ਮੈਂ ਚਾਹੁੰਦੀ ਹਾਂ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ। ਕੀ ਨਾਂ ਕੀ ਹੈ, ਪੂਰਾ ਨਾਂ ਕੀ ਹੈ? ਕੈਪਟਨ ਸਿੰਘ ਪਟਵਿੰਦਰ। ਕੀ ਮਾਮਲਾ ਹੈਗਾ ਤੇ ਕਿੱਥੋਂ ਦਾ ਮਾਮਲਾ ਹੈ? ਇਹ ਗਿੱਲ ਵੜੈਸ ਦਾ ਮਾਮਲਾ ਜੀ। ਲੜਕੀ ਹਰਪ੍ਰੀਤ ਕੌਰ ਸਾਡੇ ਕੋਲ ਆਈ ਹੈ, ਜਿਹੜਾ ਹੈਗਾ ਗਾ ਉਹ ਆਪਣੇ ਪਿਤਾ ਨਾਲ ਲੈ ਕੇ ਆਈ ਹੈ। 16 ਤਰੀਕ ਦੀ ਗੱਲ ਹੈਗੀ, ਇਹ ਕਹਿੰਦੀ ਕੈਪਟਨ ਸਿੰਘ ਆ, ਜਿਹੜਾ ਕੈਪਟਨ ਸਿੰਘ ਔਰ ਪੱਟੂ ਵਾਸੀ ਗਿੱਲ ਵੜੈਸ, ਇਹਦਾ ਗਵਾਂਢੀ ਹੈਗਾ, ਉਹਨੇ ਇਹਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈਗੀ, ਜੋ ਵੀ ਅੱਗੇ ਕਾਰਵਾਈ ਕਰਕੇ ਉਹਦੇ ਖਿਲਾਫ਼ ਤਫਤੀਸ਼ ਜਿਹੜੀ ਕਰਕੇ ਅਤੇ ਅਮਲੇ 'ਚ ਲਿਆਂਦੀ ਜਾਊਗੀ ਕਾਰਵਾਈ ਅੱਗੇ।